ਅਸਲਾਮੁਆਲੇਕਮ ਫਜ਼ਲ ਖੁਦਾ ਰਹਿਮਤ ਮੁਸਤਫਾ ਔਰ ਆਪਕੀ ਦੁਆ ਦੇ ਨਾਲ ਅੱਜ ਦਾ ਵਲੋਗ ਕਰਨੇ ਆ ਜੀ ਸ਼ੁਰੂ ਤੇ ਅੱਜ ਦਾ ਵਲੋਗ ਹੈ ਜਨਾਬ ਮੇਰਾ ਮੇਰਾ ਘਰ ਮੇਰਾ ਟਾਪਿਕ ਹੈ ਅੱਜ ਦੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਆਪਣਾ ਘਰ ਵਿਖਾ ਰਿਆ ਤੇ ਮੇਰਾ ਘਰ ਕਿਸ ਤਰ੍ਹਾਂ ਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਵੀ ਆਈ ਕਿਤੇ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਵੀ ਕੀਤੇ ਨੇ ਕਿ ਭਾਈ ਆਪਣਾ ਘਰ ਵਿਖਾ ਤੇ ਮੈਂ ਅੱਜ ਤੁਹਾਨੂੰ ਆਪਣਾ ਘਰ ਵੀ ਖੋਣਾ ਜੀ ਤੇ ਆਈਏ ਚਲਦੇ ਹਾਂ ਥੱਲੇ ਔਰ ਥੱਲੇ ਜਾ ਕੇ ਤੁਹਾਨੂੰ ਮੈਂ ਆਪਣੇ ਘਰ ਦਾ ਸਾਰੇ ਪੂਰੇ ਦਾ ਵਿਜ਼ਿਟ ਕਰਵਾਣਾ ਐ ਜੀ ਮੇਰਾ ਘਰ ਤੁਹਾਨੂੰ ਪਿੱਛੇ ਵਿਊਜ਼ ਨਜ਼ਰ ਆ ਰਹੇ ਹੋਣਗੇ ਦੋ ਕਮਰੇ ਨੇ ਇੱਕ ਦੁਕਾਨ ਨੇ ਛੋਟੀ ਜਿਹੀ ਬਣਾਈ ਹੈ ਇੱਕ ਕਮਰੇ ਚ ਅਮੀ ਅਬੂ ਦਾ ਸਮਾਨ ਵਗੈਰਾ ਔਰ ਅਮੀ ਅਬੂ ਉਥੇ ਰਾਤ ਨੂੰ ਹੁੰਦੇ ਨੇ ਤੇ ਇੱਕ ਕਮਰੇ ਚ ਮੇਰਾ ਸਮਾਨ ਹੈ ਔਰ ਕੋਈ ਕਮਰਾ ਨਹੀਂ ਹੈ ਔਰ ਉਹ ਨਾਲ ਇੱਕ ਚੁੱਲੇ ਵਾਸਤੇ ਬਣਾਇਆ ਹੁਣੇ ਬਣਾਇਆ ਹਾਲੇ ਤੋਂ ਨਜ਼ਰ ਆ ਰਿਹਾ ਹੋਣਾ ਮਿੱਟੀ ਜ਼ਰਾ ਥੋੜੀ ਜਿਹੀ ਗਿੱਲੀ ਗਿੱਲੀ ਹੈ ਤੇ ਇਹਦੇ ਨਾਲ ਨਾਲ ਜੀ ਆਪ ਤੁਹਾਨੂੰ ਮੈਂ ਹੋਰ ਵੀ ਕੁਝ ਚੀਜ਼ਾਂ ਵੀ ਖਾਣਾ ਇਹ ਸਾਡੇ ਕਪੜਿਆਂ ਵਾਸਤੇ ਜਦੋਂ ਕਪੜੇ ধੋਈਏ ਤੇ ਫਿਰ ਇੱਥੇ ਸੁਕਾਣੇ ਆਪਣਾਏ ਨੇ ਰਾਤ ਨੂੰ ਅਗਰ ਕੋਈ ਵੀ ਚੀਜ਼ ਤੁਸੀਂ ਰੱਖਣੀ ਹੈ ਜਿਹੜੀ ਕਿ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਅਗਰ ਅੰਦਰ ਰੱਖੋ ਤੇ ਖਰਾਬ ਹੋ ਜਾਏਗੀ ਤੇ ਤੁਸੀਂ ਇੱਥੇ ਰੱਖ ਦਿਓ ਇੱਥੇ ਫਿਰ ਉਹ ਬਾਹਰ ਮੌਸਮ ਜ਼ਰਾ ਬेटर ਹੁੰਦਾ ਹੈ گرمیਆਂ ਵਿੱਚ ਹੁਣ ਤੇ ਸਰਦੀਆਂ ਰਾਤ ਨੂੰ ਵੀ ਨਹੀਂ ਖਰਾਬ ਹੁੰਦੀਆਂ ਚੀਜ਼ਾਂ ਕਮਰੇ ਚ ਵੀ ਲੇਕਿਨ ਸਰਦੀਆਂ ਵਿੱਚ گرمੀਆਂ ਵਿੱਚ ਫਿਰ ਜ਼ਿਆਦਾਤਰ ਚੀਜ਼ਾਂ ਖਰਾਬ ਹੋਣ ਵਾਲੀਆਂ ਹੁੰਦੀਆਂ ਨੇ ਤੇ ਉਹਨੂੰ ਫਿਰ ਅਸੀਂ ਬਾਹਰ ਰੱਖ ਦਿੰਨੇ ਆ ਤਾਂ ਕਿ ਸਵੇਰ ਤੱਕ ਉਹ ਠੀਕ ਰਹਿਵੇਂ ਔਰ ਰਾਤ ਦਾ ਮਤਲਬ ਬਚਾ ਖਾਣਾ ਤੁਸੀਂ ਕਰ ਲਓ ਜਾਂ ਕੋਈ ਸਾਲਨ ਵਗੈਰਾ ਕਰ ਲਓ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਤੁਸੀਂ ਇੱਥੇ ਰੱਖ ਦਿਓ ਕਿਉਂਕਿ ਰਾਤ ਨੂੰ ਕੋਈ ਬਰਿੰਦਾ ਛਰਿੰਦਾ ਹੁੰਦਾ ਕੋਈ ਨਹੀਂ ਇਸ ਵਜੇ ਤੂੰ ਬਿਲਕੁਲ ਸੇਫ ਹੁੰਦਾ ਔਰ ਇਹ ਜਿਹੜੀ ਇਸ ਤਰ੍ਹਾਂ ਦੀ ਤਾਰ ਬਣਾਈ ਜਾਂਦੀ ਇੱਥੇ ਕੋਈ ਬਿੱਲੇ ਛਿੱਲੇ ਜਾਂ ਕੋਈ ਚੀਜ਼ ਵੀ ਇੱਥੇ ਨਹੀਂ ਆਉਂਦੀ ਇਸੇ ਤਰ੍ਹਾਂ ਇੱਕ ਉਹ ਇੱਕੇ ਦੋ ਚੀਜ਼ਾਂ ਨੇ ਤੇ ਇਹ ਦੋ ਕਾਲੇ ਦੇ ਦਰਖਤ ਨੇ ਸਾਡੇ ਘਰ ਜਿਹੜੇ ਸਾਨੂੰ ਗਰਮੀਆਂ ਵਿੱਚ ਸਾਇਆ ਦਿੰਦੇ ਨੇ ਤੇ ਅਸੀਂ ਗਰਮੀਆਂ 'ਚ ਇੱਥੇ ਬੈਨ ਬਾਹਰ ਇਹ ਤੁਸੀਂ ਜਿਹੜੇ ਵੇਖਦੇ ਪਿਓ ਜੀ ਇਹ ਇੱਕ ਛੋਟਾ ਜਿਹਾ ਕਮਰਾ ਬਣਾਇਆ ਹੈ ਛੋਟੇ ਤੋਂ ਕਮਰੇ ਤੋਂ ਮਰਾਦ ਇਹ ਕਿ ਕੁਕੜੀਆਂ ਵਾਸਤੇ ਖੁੱਡਾ ਜਿੰਨ ਅਸੀਂ ਕਹਿ ਸਕਨੇ ਆ ਇੱਕ ਛੋਟਾ ਬਰਾਂਡਾ ਖੁੱਡੇ ਐ ਨਾਲ ਕੁਛ ਅ ਥੋੜੇ ਦਿਨ ਪਹਿਲੇ ਦੀਵਾਰ ਜਿਹੜੀ ਉਹ ਗਰ ਗਈ ਸੀ ਤੇ ਇੱਥੇ ਫਿਰ ਹਾਲੇ ਤੱਕ ਦੀਵਾਰ ਬਣਾਈ ਨਹੀਂ ਹੈ ਬਸ ਬਣਾਉਣ ਵਾਲੀ ਜਾਂ ਤਕਰੀਬਨ ਥੋੜੀ ਜਿਹੀ ਥੂਈ ਸੀ ਤਿਆਰ ਤੇ ਬਾਕੀ ਇਹ ਮਿੱਟੀ-ਚਿੱਟੀ ਪਈ ਹੈ ਤੇ ਐ ਵੱਡਾ ਭਾਈ ਇਹ ਉਹਨਾਂ ਦੇ ਮੋਬੇਸ਼ੀ ਨੇ ਮੇਰੇ ਕੋਲ ਤੇ ਹਣ ਕੋਈ ਨਹੀਂ ਉਹਨਾਂ ਨੇ ਇੱਥੇ ਆ ਕੇ ਬਰਾਲੀ ਰੱਖ ਦਿੱਤੀ ਉਹਨਾਂ ਨੇ ਕਿਹਾ ਚਲੋ ਜੋ ਜਿੰਨੀ ਦੇਰ ਤੂੰ ਨਹੀਂ ਬਣਾਉਂਦਾ ਬਰਾਲੀ ਰੱਖ ਲੈਨੇ ਉਹ ਦਿਨ ਤੇ ਸੇਫ ਰਹੇਗੀ ਕੋਈ ਚੀਜ਼ ਬਾਹਰੋਂ ਜਾਨਵਰ ਵਗੈਰਾ ਘਟ ਆਣਗੇ ਤੇ ਇਹ ਫਿਰ ਬਾਅਦ ਵਿੱਚ ਚੁੱਕ ਲਾਂਗੇ ਤੇ ਦੀਵਾਰ ਬਣਾ ਲਾਂਗੇ ਚਲੋ ਠੀਕ ਹੈ ਜੀ ਐ ਵਾਟਰ ਪੰਪੇ ਜੀ ਪਹਿਲੇ ਇੱਥੇ ਸਾਡਾ ਬਣਿਆ ਹੋਇਆ ਸੀ ਅ ਅੱਗ ਬਾਲਣ ਵਾਸਤੇ ਸਰਦੀਆਂ ਚ ਅੱਛਾ ਜਿਹਾ ਬਣਾਇਆ ਸੀ ਜਿਸ ਤਰ੍ਹਾਂ ਨਾਲ ਉੱਥੇ ਬਣਾਇਆ ਐਂਡ ਇਹਦਰ ਸੀ ਲੇਕਿਨ ਉਹਨੂੰ ਇਥੂ ਗਿਰਾ ਕੇ ਤੇ ਕਮਰਿਆਂ ਦੇ ਨਾਲ ਲੈ ਗਏ ਆਂ ਉਹ ਜਗ੍ਹਾ ਤੇ ਤੇ ਇਸ وجہ ਤੋਂ ਫਿਰ ਇਹ ਜਗ੍ਹਾ ਖਾਲੀ ਹੋ ਗਈ ਤੇ ਇਹ ਇਨਸ਼ਾਅੱਲਾ ਤੇ دیوار ਬਣਾ ਕੇ ਤੇ ਜਗ੍ਹਾ ਸਾਫ਼ ਕਰਕੇ ਇਹ ਸਾਰੀ ਜਗ੍ਹਾ ਸਾਫ਼ ਕਰਕੇ ਨਾ ਤੇ ਇੱਥੇ ਇਰਾਦਾ ਜਿਹੜਾ ਹੈ ਉਹ ਇਹ ਹੈ ਕਿ ਕੋਈ ਨਾ ਕੋਈ ਚੀਜ਼ ਜਿਹੜੀ ਹੈ ਨਾ ਅਸੀਂ ਉਹ ਇੱਥੇ ਲਾਤੀ ਕਰੀਏ ਤਾਂ ਕਿ ਉਹ ਮਿਰਚ ਹੋ ਗਈ ਗੰਡੇ ਹੋ ਗਏ ਜਾਂ ਮਤਲਬ ਕੋਈ ਵੀ ਸਬਜ਼ੀ ਜਿਹੜੀ ਤੁਸੀਂ ਉਗਾ ਸਕਦੇ ਹੋ ਕਿਉਂਕਿ ਵਾਟਰ ਪੰਪ ਘਾਰੇ ਚ ਲੱਗਾ ਹੋਇਆ ਹੈ ਤੇ ਪਾਣੀ-ਸ਼ਾਣੀ ਵੀ ਲੱਗਦਾ ਰਹੇਗਾ। ਪੂਰੇ ਘਰ ਦਾ ਜਨਾਬ ਤੁਹਾਨੂੰ ਅਸੀਂ ਵਿਜ਼ਿਟ ਕਰਵਾ ਰਹੇ ਹਾਂ। ਤਾਂ ਕੁਝ ਕੱਪੜੇ ਬੱਚਿਆਂ ਦੇ ਸੁੱਕਦੇ ਪੈਣੇ। ਤਾਂ ਕੁਝ ਲੱਕੜਾਂ ਪਈਆਂ ਨੇ ਜਿਹੜੀਆਂ ਚੁੱਲ੍ਹੇ 'ਚ ਕੰਮ ਆਉਂਦੀਆਂ ਨੇ ਬਾਲਣ ਵਾਸਤੇ ਕਿਉਂਕਿ ਪਿੰਡਾ ਥਾਵਾਂ ਦੇ ਸਾਡੇ ਕੋਲ ਗੈਸ ਤੇ ਹੁੰਦਾ ਕੋਈ ਨਹੀਂ। ਇਸ ਵਜ੍ਹਾ ਤੂੰ ਫਿਰ ਇਹ ਇੱਥੇ ਪੈਣ ਹੈ। ਇਹ ਦਰਵਾਜ਼ਾ ਹੈ। ਇਸ ਦਰਵਾਜ਼ੇ ਨੂੰ ਇੱਥੂ ਅਟਾ ਕੇ ਤੇ ਇਸ ਜਗ੍ਹਾ ਤੇ ਲੈ ਕੇ ਜਾਣਾ ਇੱਥੇ ਔਰ ਇਹ ਵੀ ਪ੍ਰੋਸੈਸ ਚੱਲਦਾ ਪਿਆ ਮੈਂ ਤੁਹਾਨੂੰ ਦਿਖਾਵਾਂਗਾ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਇਹ ਵੀ ਕਰਨਾ ਹੈ ਇਹ ਇੱਥੂ ਬੰਦ ਕਰ ਦੇਣਾ ਤੇ ਉੱਥੇ ਲੈ ਜਾਣਾ ਕਿਉਂਕਿ ਜਿਹੜਾ ਘਰ ਦਾ ਅੱਧਾ ਪੋਰਸ਼ਨ ਹੈ ਨਾ ਅੱਧੇ ਅੱਧੀ ਜਗ੍ਹਾ ਜਿਹੜੀ ਹੈ ਇਹ ਅਬੂ ਸੁਤੇਬ ਨੇ ਮੰਜੀ ਤੇ ਜਿਹੜਾ ਅੱਧਾ ਹਿੱਸਾ ਹੈ ਨਾ ਇਹ ਤਕਰੀਬਨ ਘਰ ਦੀ ਰਿਆਸ਼ ਵਾਸਤੇ ਹੋ ਜਾਏਗਾ ਤੇ ਜਿਹੜਾ ਇੱਧਰ ਵਾਲਾ ਅੱਧਾ ਹਿੱਸਾ ਹੈ ਬਾਕੀ ਦਾ ਉਹ ਅਸੀਂ ਕੋਈ ਨਾ ਕੋਈ ਚੀਜ਼ ਇੱਧਰ ਇਸੇ ਤਰ੍ਹਾਂ ਦੇ ਜਿਸ ਤਰ੍ਹਾਂ ਦੀਆਂ ਲੱਕੜਾਂ ਪਈਆਂ ਨੇ ਜਿਸ ਤਰ੍ਹਾਂ ਦਾ ਬਾਕੀ ਬਾਲਣ ਵਗੈਰਾ ਪਿਆ ਇਹ ਇੱਕ ਸਾਈਡ ਤੇ ਇੱਕ ਨੁੱਕਰ ਤੇ ਹੋ ਜਾਏਗਾ ਔਰ ਇੱਕ ਸਾਈਡ ਸਾਡੀ ਕਾਫੀ ਜ਼ਿਆਦਾ ਖਾਲੀ ਹੋ ਜਾਣੀ ਹੈ ਤਕਰੀਬਨ ਕਮਜ਼ ਕਮ ਵੀ ਕੋ ਸਾਨੂੰ 3 ਤੋਂ 4 ਮਰਲੇ ਜਿਹੜੀ ਜਗ੍ਹਾ ਹੈ ਨਾ ਉਹ ਮਿਲ ਜਾਏਗੀ ਸਾਨੂੰ ਸਬਜ਼ੀ-ਸਬਜ਼ੀ ਵਾਸਤੇ ਉਗਾਉਣ ਵਾਸਤੇ ਜਾਂ ਬਾਕੀ ਕੋਈ ਵੀ ਕੰਮ ਕਰਨ ਵਾਸਤੇ ਤੇ ਮਾਲਮ ਵੇਸ਼ੀ ਹੈ ਕੋ ਨਹੀਂ ਜੀ ਮੇਰੇ ਕੋਲ ਕਿ ਜਿਹੜੀ ਚੀਜ਼ ਦੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਮੇਰੇ ਕੋਲ ਇਸ ਟਾਈਮ ਕੋਈ ਵੀ ਨਹੀਂ ਹੈ ਮੁਰਗੀ ਵੀ ਨਹੀਂ ਹੈ ਘਰ ਇਸ ਟਾਈਮ ਅੰਡਾ ਵੀ ਸਾਨੂੰ ਲੈਣਾ ਹੋਵੇ ਤੇ ਅਸੀਂ ਬਰੂ ਦੁਕਾਨ ਤੋਂ ਲੈਣਾ ਹੁੰਦਾ ਤੇ ਵਾਲਦਾਂ ਮਾਸ਼ਾਅੱਲਾ ਮੇਰੇ ਆਯਾਤ ਨੇ ਦੋਵੇਂ ਅਮੀ ابو ਦੋਵੇਂ ਨੇ ਇਸ ਟਾਈਮ ਅਮੀ ਵੀ ਘਰ ਨਹੀਂ ਹੈ ਤੇ ਮੇਰੀ ਵਾਈਫ ਵੀ ਘਰ ਕੋਈ ਨਹੀਂ ਇਸ ਵਜ੍ਹਾ ਤੂੰ ਨਾਲ ਵੀਡੀਓ ਤੁਹਾਡੀ ਸ਼ੇਅਰ ਨਹੀਂ ਕੀਤੀ ਜਾ ਸਕਦੀ ਜਦੋਂ ਵੀ ਉਹ ਆਣਗੇ ਮੈਂ ਉਹਨਾਂ ਨਾਲ ਵੀਡੀਓ ਤੁਹਾਡੀ ਦੂਸਰੀ ਵੀਡੀਓ ਉਹਨਾਂ ਨਾਲ ਸੂਰ ਸ਼ੇਅਰ ਕਰਾਂਗਾ ਆਈ ਹੁਣ ਤੁਹਾਨੂੰ ਦਿਖਾਵਾਂ ਕਿ ਮੈਂ ਜਿਹੜਾ ਚੁੱਲੇ ਵਾਸਤੇ ਬਣਾਇਆ ਹੈ ਉਹ ਕਿਸ ਤਰ੍ਹਾਂ ਦਾ ਬਣਾਇਆ ਹੈ ਜਨਾਬ ਦੇਖੋ ਇੱਕ ਦਰਵਾਜ਼ਾ ਇਧਰੋਂ ਰੱਖਿਆ ਤੇ ਇੱਕ ਦਰਵਾਜ਼ਾ ਇਧਰੋਂ ਰੱਖਿਆ ਤਾਂ ਕਿ ਦੁਹਾ ਸ਼ੁਮਾ ਜਿਹੜਾ ਹੈ ਨਾ ਉਹ ਵਿੱਚ ਰਵੇਨਾ ਕਿਉਂਕਿ ਲੱਕੜਾਂ ਬਲਨੀਆਂ ਨੇ ਇਸ ਵਜੇ ਤੂੰ ধੂਆ ਜੜਾ ਨਾ ਉਹ ਫਿਰ ਅੰਦਰ ਰਹਿ ਜਾਂਦਾ ਐ ਕੋਈ ਵਾਸ਼ਿੰਗ ਮਸ਼ੀਨ ਪੁਰਾਣੀ ਖਰਾਬ ਹੈ ਬਿਲਕੁਲ ਜਲਦੀ ਕੋਈ ਨਹੀਂ ਤੇ ਐ ਇੱਕ ਲੱਕੜ ਲੱਗੀ ਹੋਈ ਹੈ ਕਿਉਂਕਿ ਐ ਬਾਸ ਲਾਇਆ ਸੀ ਥੱਲੇ ਤੇ ਐ ਐਸੀ ਹਾਲਤੀ ਕਰ ਕਮਜ਼ੋਰ ਤੇ ਕੱਚਾ ਵੀ ਸੀ ਤੇ ਸਿਨਾ ਵੀ ਸੀ ਇਸ ਵਜੇ ਤੂੰ ਥੱਲੂ ਟੇਕ ਲਾਈਏ ਕਿ ਚਾਕੇ ਕੁਝ ਦਿਨ ਇਹਨੂੰ ਥੱਲੂ ਟੇਕ ਲੱਗੇਗੀ ਇਹ ਕੁਝ ਹਾਰਡ ਹੋ ਜਾਏਗਾ ਅਰ ਜਦ ਜਦ ਹਾਰਡ ਹੋ ਜਾਏਗਾ ਤੇ ਫਿਰ ਅਸੀਂ ਜਿਹਨੂੰ ਤੁਲੇ ਨੂੰ ਖਿੱਚ ਲਿਆਂਗੇ ਫਿਰ ਇਹ ਆਪਣੀ ਜਗ੍ਹਾ ਤੇ ਖਲੋ ਜਾਏਗਾ ਤੇ ਇਹ ਜੁਗਾਰ ਲਾਇਆ ਨੇ ਜੀ ਸਾਰੇ ਛੱਦ ਦੇ ਕੋਈ ਲੱਕੜ ਕਿਸ ਤਰ੍ਹਾਂ ਦੀ ਹੈ ਕੋਈ ਕਿਸ ਤਰ੍ਹਾਂ ਦੀ ਹੈ ਬਸ ਜਿਵੇਂ ਦਾ ਮਿਲਿਆ ਜਿਸ ਤਰ੍ਹਾਂ ਦਾ ਗੁਜ਼ਾਰਾ ਹੁੰਦਾ ਸੀ ਉਹ ਕਰ ਲਿਆ ਜੀ ਤੇ ਇਹ ਜਗ੍ਹਾ ਜਨਾਬ ਅਸੀਂ ਇੱਥੋਂ ਸਾਫ਼ ਕਰ ਲੈਣੀ ਹੈ ਇਹ ਫੱਟੇ-ਪੁੱਟੇ ਤੋਂ ਸਾਰੇ ਜੋ ਕੁ ਲੈਣ ਲੱਗਣਾ ਛਕੜਾ ਜੋ ਕੁ ਲੈਣੀਆਂ ਨੇ ਤੇ ਇਸ ਜਗ੍ਹਾ ਤੇ ਜਨਾਬ ਅਸੀਂ ਮਿੱਟੀ ਦੇ ਚੁੱਲ੍ਹੇ ਬਣਾਵਾਂਗੇ ਇਹ ਮੈਂ ਤੁਹਾਨੂੰ ਵੀਊਲ ਵਿਖਾ ਰਿਹਾ ਵਾਂ ਪੂਰਾ ਤੇ ਤੁਸੀਂ ਕਮੈਂਟਸ ਕਰਕੇ ਦੱਸਣਾ ਹੈ ਕਿ ਚੁੱਲ੍ਹੇ ਸਾਡੇ ਕਿਸ ਜਗ੍ਹਾ ਤੇ ਹੋਣੇ ਚਾਹੀਦੇ ਨੇ ਮੇਰਾ ਇਰਾਦਾ ਸੀ ਕਿ ਜਿੱਥੇ ਮਸ਼ੀਨ ਪਈ ਹੈ ਨਾ ਇੱਥੇ ਸੀ ਚੁੱਲ੍ਹੇ ਬਣਾਈਏ ਤੇ ਜਿੱਥੇ ਲੱਕੜ ਹੈ ਇੱਥੇ ਬੈ ਕੇ ਬੰਦਾ ਚੁੱਲ੍ਹੇ ਤੇ ਕੰਮ ਕਰ ਲੈਂਦਾ ਕਿਉਂਕਿ ਲੱਕੜ ਤੇ ਥੋ ਜਾਨੀ ਹਟ ਤੇ ਇਸ ਤਰ੍ਹਾਂ ਇਧਰ ਮੋ ਜਾਣ ਤੇ ਇਹ ਏਰੀਆ ਜਿਹੜਾ ਦਰਵਾਜ਼ੇ ਵਾਲਾ ਇਹ ਬਿਲਕੁਲ ਵੈਸੀ ਖਾਲੀ ਹੋ ਜਾਏਗਾ ਮਤਲਬ ਇਧਰ ਇੱਕ ਜਿੰਨੂ ਅਸੀਂ ਕਹਿੰਦੇ ਆ ਕਿ ਉਹ ਇੱਕ ਸਾਈਡ ਤੇ ਦੀਵਾਰ ਦੇ ਨਾਲ ਹੋ ਜਾਏਗਾ ਹਵਾ ਤੂੰ ਬਚਿਆ ਰਹੇਗਾ ਚੁੱਲ੍ਹੇ ਤੇ ਹਵਾ ਜੇ ਤੂੰ ਚਲਦੀ ਹੈ ਤੇ ਫਿਰ ਚੁੱਲ੍ਹੇ ਚ ਅੱਗ ਜਿਹੜੀ ਹੈ ਨਾ ਉਹ ਔਖੀ ਬਲਦੀ ਤੇ ਉਹ ਰਹਿਵਾਤ ਉਹ ਅਗਰ ਬਚਾ ਰਵੇ ਤੇ ਫਿਰ ਅੱਗ ਜੜੀ ਨਾ ਉਹ ਆਪਣੇ ਆਪ ਜਲਦੀ ਰਹਿੰਦੀ ਤੇ ਜ਼ਿਆਦਾ ਤੰਗ ਨਹੀਂ ਕਰਦੀ ਤੇ ਹੋਰ ਵੀ ਇੱਕ ਇਹ ਕਿਹਾ ਸੀ ਰਦਕ ਇਹ ਬਿਲਕੁਲ ਸਾਹਮਣੇ ਇੱਥੇ ਲਾਈਏ ਚੁੱਲੇ ਤੇ ਪਰਾਂ ਨੂੰ ਮੂੰਹ ਕਰਕੇ ਬਹਿ ਗਿਆ ਤੇ ਇਹ ਵੀ ਤੁਸੀਂ ਦੱਸਣਾ ਹੈ ਕਿ ਇੱਥੇ ਸਹੀ ਲੱਗਣਗੇ ਜਾਂ ਇਸ ਜਗ੍ਹਾ ਤੇ ਠੀਕ ਲੱਗਣਗੇ ਇਹ ਜਿਹੜੇ ਤੁਸੀਂ ਕਮੈਂਟਸ ਕਰੋਗੇ ਤੇ ਅਸੀਂ ਫਿਰ ਚੁੱਲੇ ਉੱਥੇ ਬਣਾਵਾਂਗੇ ਇਨਸ਼ਾਅੱਲਾ ਇਹ ਤੁਹਾਨੂੰ ਵੀਊ ਸਾਰਾ ਚੈੱਕ ਕਰਵਾ ਰਿਹਾ ਮੈਂ ਦਾ ਤੇ ਹੁਣ ਜਨਾਬ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਜਨਾਬ ਇੱਥੇ ਅਸੀਂ ਮੁਕੰਮਲ ਕਰ ਲਏ ਨੇ ਤੇ ਇਹ ਚਾਰ ਪਈ ਪਈ ਹੈ ਇਹ ਚਾਰ ਪਈ ਵੀ ਬੁਣਨੀ ਹੈ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਏਗੀ ਔਰ ਇਹਦਾ ਸਾਰਾ ਟੋਟਲ ਜਿੰਨਾ ਵੀ ਹੈ ਉਹ ਵੀ ਤੁਹਾਨੂੰ ਦਿਖਾਇਆ ਜਾਏਗਾ ਕਿ ਕਿਸ ਤਰ੍ਹਾਂ ਇਹ ਬੁਣਾਈ ਜਾਂਦੀ ਹੈ ਕਿਸ ਤਰ੍ਹਾਂ ਇਹਦਾ ਸੱਗਾ ਬਣਿਆ ਹੈ ਕਿਸ ਤਰ੍ਹਾਂ ਫਿਰ ਇਹਨੂੰ ਸ਼ੁਰੂ ਕਰਨਾ ਹੈ ਡਿਜ਼ਾਈਨ ਕਿੱਥੋਂ ਸ਼ੁਰੂ ਕਰਨਾ ਹੈ ਔਰ ਐਂਡ ਕਿਸ ਤਰ੍ਹਾਂ ਹੋਣਾ ਹੈ ਔਰ ਫਿਰ ዳਮਨ ਕਿਸ ਤਰ੍ਹਾਂ ਬਣਾਨੀ ਹੈ ਔਰ ዳਮਨ ਖਿੱਚਣੀ ਕਿਸ ਤਰ੍ਹਾਂ ਹੈ ਕਿਉਂਕਿ ਕੁਝ ਲੋਕ ਜਦੋਂ ਮੰਝੀਆਂ ਹੁੰਦੇ ਨੇ ਜਾਂ ਹੁਣ ਵਾਂਦੇ ਨੇ ਤੇ ਉਹ ਇਸ ਚੀਜ਼ ਦਾ ਖਿਆਲ ਨਹੀਂ ਕਰਦੇ ਤੇ ਕਿਉਂਕਿ ਕੁਝ ਲੋਗ ਇੱਕ ਜਗ੍ਹਾ ਤੂੰ ਜ਼ਿਆਦਾ ਸੈਜ਼ ਕਰ ਦਿੰਦੇ ਨੇ ਦੂਸਰੀ ਜਗ੍ਹਾ ਤੂੰ ਘੱਟ ਕਰ ਦਿੰਦੇ ਨੇ ਤੇ ਫਿਰ ਉਹ ਮੰਜੀ ਸਹੀ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਜਨਾਬ ਇਹਦਾ ਬਿਲਕੁਲ ਸੈਜ਼ ਬਰਾਬਰ ਰੱਖਣਾ ਪਉਂਦਾ ਹੈ ਐਸਓਟੀ ਲਾ ਕੇ ਇਹਨੂੰ ਟਾਈਟ ਕਰਨਾ ਪਉਂਦੇ ਆਂ ਦੇ ਬਲ ਦੇਣੇ ਪਉਂਦੇ ਨੇ ਤਾਂ ਕਿ ਇਹ ਆਪਣੀ ਜਗ੍ਹਾ ਤੇ ਸਟਿਲ ਰਹੇ ਇਹ ਉਹਨਾਂ ਕਾਫੀ ਬਿਲਕੁਲ ਹਾਰਡ ਹੈ ਤੇ ਇੱਥੇ ਜਦੋਂ ਵੀ ਇਹਨੂੰ ਬਣਾਈ ਜਾਏਗੀ ਤੇ ਇਹ ਆਪਣੀ ਜਗ੍ਹਾ ਤੇ ਬਿਲਕੁਲ ਸਿੱਧਾ ਰਹੇਗਾ ਜਿਹੜੇ ਲੋਗ ਇਹਨੂੰ ਢਿੱਲਾ ਛੱਡ ਦਿੰਦੇ ਨੇ ਉਹ ਫਿਰ ਜਿਵੇਂ ਜਿਵੇਂ ਮੰਜੀ ਬੰਦਾ ਬੁਣਾਈ ਕਰਦਾ ਉਸੇ ਸੁੱਤਰਾ ਇਸ ਤਰ੍ਹਾਂ ਇਸ ਅੱਗਾ ਜਿਹੜਾ ਨਾ ਇਹ ਅੰਦਰ ਵਾਲੀ ਸਾਈਡ ਤੇ ਚਲਾ ਜਾਂਦਾ ਇਹ ਫਿਰ ਬਿਲਕੁਲ ਇਸ ਤਰ੍ਹਾਂ ਡਿੰਗਾ ਜਾ ਹੋ ਜਾਂਦਾ ਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਇਹ ਕਿਸ ਤਰ੍ਹਾਂ ਹੋਣਾ ਤੇ ਕਿਸ ਤਰ੍ਹਾਂ ਠੀਕ ਕਰਨਾ ਹੈ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਜਨਾਬ ਇੱਥੇ ਐਂਡ ਕਰਨੇ ਆ ਤੇ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਉਹ ਤੋਂ ਤੱਕ ਅੱਲਾਹ ਹਾਫਿਜ਼